ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ। ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਵੱਧਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ। ਪੰਜਾਬ ਦੇ ਕਿਸਾਨਾਂ ਦੇ ਲਈ ਵੱਡੀ ਖਬਰ, ਪੰਜਾਬ ਸਰਕਾਰ ਤੋਂ ਮੂੰਗੀ ਖਰੀਦੇਗੀ ਕੇਂਦਰ ਸਰਕਾਰ। ਤਾਂ ਦੋਸਤੋ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਟਵੀਟ ਕਰਕੇ ਇੱਕ ਵੱਡੀ ਖਬਰ ਦਿੱਤੀ ਹੈ। ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਕੁਝ ਦਿਨ ਪਹਿਲਾਂ ਅਸੀਂ ਕਿਸਾਨਾਂ ਨੂੰ ਮੂੰਗੀ ਅਤੇ MSP ਦੀ ਗਰੰਟੀ ਦਿੱਤੀ ਸੀ। ਸਾਡੀ ਚਿੱਠੀ ਤੋਂ ਬਾਅਦ ਕੇਂਦਰ ਸਰਕਾਰ ਆਪਣੀਆਂ ਏਜੰਸੀਆਂ ਦੇ ਵੱਲੋਂ ਪੰਜਾਬ ਸਰਕਾਰ ਤੋਂ MSP 'ਤੇ ਮੂੰਗੀ ਚੱਕਣ ਦੇ ਲਈ ਤਿਆਰ ਹੋ ਗਈ ਹੈ। ਪੰਜਾਬ ਦੇ ਸਾਰੇ ਕਿਸਾਨ ਭਰਾਵਾਂ ਦੇ ਵੱਲੋਂ ਕੇਂਦਰ ਦਾ ਧੰਨਵਾਦ ਕਰਦੇ ਹਾਂ। ਘਰ ਬਣਾਉਣ ਦੇ ਵਿੱਚ ਰੇਤ ਤੋਂ ਬਾਅਦ ਹੁਣ ਸੀਮੈਂਟ ਬਣਿਆ ਅੜਿੱਕਾ। ਪੰਜਾਬ ਦੇ ਵਿੱਚ ਸੀਮੈਂਟ 60 ਰੁਪਏ ਮਹਿੰਗਾ। ਜੀ ਹਾਂ ਦੋਸਤੋ, ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਘਰ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਸੀਮੈਂਟ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਨੂੰ ਦੁਖੀ ਕਰ ਦਿੱਤਾ ਹੈ। ਇਹਦਾ ਸਭ ਤੋਂ ਵੱਧ ਅਸਰ ਮੱਧ ਵਰਗ ਨੂੰ ਪੈ ਰਿਹਾ ਹੈ। ਪਹਿਲਾਂ ਜੋ ਸੀਮੈਂਟ 390 ਰੁਪਏ ਦੇ ਵਿੱਚ ਮਿਲਦਾ ਸੀ, ਉਹ ਹੁਣ 450 ਰੁਪਏ ਵਿੱਚ ਮਿਲ ਰਿਹਾ ਹੈ ਅਤੇ ਇੱਕ ਬੋਰੀ ਦੀ ਕੀਮਤ ਦੇ ਵਿੱਚ ਲਗਭਗ 60 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। ਕਨੇਡਾ ਪੱਕੇ ਹੋਣ ਦੇ ਚਾਹਵਾਨਾਂ ਦੇ ਲਈ ਜ਼ਰੂਰੀ ਖਬਰ। ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ PR ਦੇਣ ਦਾ ਕੀਤਾ ਐਲਾਨ। ਤਾਂ ਦੋਸਤੋ, ਅੱਜ ਦੇ ਦੌਰ ਦੇ ਵਿੱਚ ਹਰ ਕੋਈ ਕਨੇਡਾ ਦੇ ਵਿੱਚ ਪੱਕੇ ਹੋ ਕੇ ਆਪਣਾ ਭਵਿੱਖ ਸੁਰੱਖਿਅਤ ਬਣਾਉਣਾ ਚਾਹੁੰਦਾ ਹੈ ਅਤੇ ਕਨੇਡਾ ਸਰਕਾਰ ਯੋਗਤਾ ਪ੍ਰਾਪਤ ਹੁਨਰਮੰਦ ਪੇਸ਼ੇਵਰਾਂ ਅਤੇ ਕਾਰੋਬਾਰੀਆਂ ਨੂੰ ਬਹੁਤ ਸਾਰੇ ਇਮੀਗ੍ਰੇਸ਼ਨ ਵਿਕਲਪ ਦੇਣ ਦੀ ਜਾਂ ਕੰਮ ਦੇਣ ਦੀ ਪੇਸ਼ਕਸ਼ ਕਰਦੀ ਰਹਿੰਦੀ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਕੈਨੇਡਾ ਦੇ ਵਿੱਚ ਪੱਕਾ ਹੋਣਾ ਚਾਹੁੰਦਾ ਹੈ ਤਾਂ ਇਹ ਸੁਨਹਿਰੀ ਮੌਕਾ ਹੈ, ਕਿਉਂਕਿ ਕੈਨੇਡਾ ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ PR ਦੇਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦੇ ਲਈ ਤੁਸੀਂ 9901955501 ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਨਵਜੋਤ ਸਿੱਧੂ ਨੂੰ ਮਿਲਿਆ ਨਵਾਂ ਨਾਂ, ਰਾਤ ਨੂੰ ਪਸੰਦ ਨਾ ਆਈ ਦਾਲ ਰੋਟੀ, ਪੜ੍ਹੋ ਕੀ ਹੈ ਪਟਿਆਲਾ ਜੇਲ੍ਹ ਦੇ ਵਿੱਚ ਹਾਲ। ਤਾਂ ਦੋਸਤੋ, 34 ਸਾਲ ਪੁਰਾਣੇ ਰੋਡ ਰੇਂਜ ਕੇਸ ਦੇ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬੀਤੀ ਰਾਤ ਪਟਿਆਲਾ ਜੇਲ੍ਹ ਦੇ ਵਿੱਚ ਕੱਟੀ। ਉਸ ਨੂੰ ਹੁਣ ਕੈਦੀ ਨੰਬਰ 241383 ਦਾ ਨਵਾਂ ਨਾਮ ਮਿਲਿਆ ਹੈ ਅਤੇ ਰਾਤ ਸਿੱਧੂ ਨੂੰ ਜੇਲ੍ਹ ਦੀ ਲਾਇਬ੍ਰੇਰੀ ਦੇ ਅਹਾਤੇ ਵਿੱਚ ਰੱਖਿਆ ਗਿਆ। ਉਹ ਜੇਲ੍ਹ ਦੇ ਵਿੱਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਕੱਟੜ ਵਿਰੋਧੀ ਬਿਕਰਮ ਸਿੰਘ ਮਜੀਠੀਆ ਦਾ ਗਵਾਂਢੀ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਸ ਨੂੰ ਜੇਲ੍ਹ ਦੇ ਬੈਰਕ ਨੰਬਰ 10 ਅਲਾਟ ਕਰ ਦਿੱਤੀ ਗਈ ਅਤੇ ਇਹ ਵੀ ਕਿਹਾ ਜਾ ਰਿਹਾ ਕਿ ਉਹ ਇਸ ਬੈਰਕ ਦੇ ਵਿੱਚ 8 ਹੋਰ ਕੈਦੀਆਂ ਦੇ ਨਾਲ ਰਹਿਣਗੇ। ਅਤੇ ਇਹ ਵੀ ਪਤਾ ਲੱਗਾ ਹੈ ਕਿ ਸਿੱਧੂ ਨੇ ਰਾਤ ਨੂੰ ਜੇਲ੍ਹ ਦੇ ਵਿੱਚ ਮਿਲਣ ਵਾਲੀ ਰੋਟੀ ਅਤੇ ਦਾਲ ਨਹੀਂ ਖਾਧੀ। ਸਿੱਧੂ ਜੇਲ੍ਹ ਦੇ ਵਿੱਚ ਮਜੀਠੀਆ ਦੀ ਬੈਰਕ ਤੋਂ ਕਰੀਬ 500 ਮੀਟਰ ਦੀ ਦੂਰੀ 'ਤੇ ਰਹਿਣਗੇ। ਪੰਜਾਬ ਦੇ ਵਿੱਚ ਪਲੈਨਿੰਗ ਆਫਿਸਰ ਦੀਆਂ ਅਸਾਮੀਆਂ ਦੇ ਲਈ ਨਿਕਲੀ ਭਰਤੀ। ਉਮਰ ਸੀਮਾ ਤੋਂ ਲੈ ਕੇ ਆਖਰੀ ਮਿਤੀ ਤੱਕ ਜਾਣੋ ਪੂਰੀ ਜਾਣਕਾਰੀ। ਤਾਂ ਦੋਸਤੋ, ਪੰਜਾਬ ਦੇ ਨੌਜਵਾਨਾਂ ਦੇ ਲਈ ਸਰਕਾਰੀ ਨੌਕਰੀ ਲੈਣ ਦਾ ਸੁਨਹਿਰੀ ਮੌਕਾ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਯੋਜਨਾ ਅਫਸਰ ਦੀਆਂ ਅਸਾਮੀਆਂ ਦੇ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ ਅਤੇ ਜਿਹੜੇ ਉਮੀਦਵਾਰ ਯੋਗ ਹਨ ਅਤੇ PPSC ਦੀਆਂ ਇਹਨਾਂ ਅਸਾਮੀਆਂ ਦੇ ਲਈ ਅਰਜ਼ੀ ਦੇਣ ਦੇ ਇੱਛੁਕ ਹਨ ਅਤੇ ਉਹ ਆਖਰੀ ਮਿਤੀ ਤੋਂ ਪਹਿਲਾਂ ਨਿਰਧਾਰਤ ਫਾਰਮੈਟ ਦੇ ਵਿੱਚ ਅਰਜ਼ੀ ਦੇ ਸਕਦੇ ਹਨ। ਇਹ ਭਰਤੀਆਂ ਗਰੁੱਪ ਏ ਡਿਪਾਰਟਮੈਂਟ ਆਫ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ਪੰਜਾਬ ਦੇ ਅਧੀਨ ਕੀਤੀਆਂ ਗਈਆਂ ਹਨ। PPSC ਪਲੈਨਿੰਗ ਅਸਿਸਟੈਂਸ ਪੋਸਟਾਂ ਦੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ 8 ਜੂਨ 2022 ਹੈ। ਆਖਰੀ ਮਿਤੀ ਤੋਂ ਪਹਿਲਾਂ ਅਪਲਾਈ ਕਰੋ, ਨਹੀਂ ਤਾਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। 25 ਮਈ ਤੱਕ ਪੰਜਾਬ ਦੇ ਵਿੱਚ ਨਹੀਂ ਛੁੱਟਣਗੇ ਪਸੀਨੇ, ਅਸਮਾਨ ਤੋਂ ਡਿੱਗਣਗੀਆਂ ਰਾਹਤ ਦੀਆਂ ਬੂੰਦਾਂ, ਜਾਣੋ ਮੌਸਮ ਦੀ ਹਰ ਅਪਡੇਟ। ਜੀ ਹਾਂ ਦੋਸਤੋ, ਸ਼ਨੀਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਅਸਮਾਨ ਦੇ ਵਿੱਚ ਅੰਸ਼ਕ ਤੌਰ 'ਤੇ ਬੱਦਲਬਾਈ ਰਹੇਗੀ ਅਤੇ ਇਸਦੇ ਨਾਲ ਹੀ ਗਰਜ ਚਮਕ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ 25 ਮਈ ਤੱਕ ਰਾਜ ਵਿੱਚ ਮੌਸਮ ਦਾ ਮਿਜਾਜ ਅਜਿਹਾ ਹੀ ਰਹਿਣ ਵਾਲਾ ਅਤੇ ਇਸ ਦੌਰਾਨ ਸਾਰੀਆਂ ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਦੇ ਆਸ ਪਾਸ ਪਹੁੰਚ ਜਾਵੇਗਾ ਅਤੇ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਤੂਤਾ ਸਿੰਘ ਦਾ ਦੇਹਾਂਤ ਮੋਹਾਲੀ ਦੇ ਹਸਪਤਾਲ ਦੇ ਵਿੱਚ ਲਏ ਆਖਰੀ ਸਾਹ।
जी हाँ दोस्तों, पंजाब की अकाली सियासत दे विच अज तड़कसार 4:40 ते उदों एक युग का अंत हो गया जदों साबका अकाली मंत्री जथेदार तूता सिंह इस संसार तो रुखसत हो गए हैं। 81 वरिया के जथेदार तूता सिंह का जन्म 2 मार्च 1941 मोगा जिले के निके जे पिंड दीदार सिंह वाला विखे होया सी। किसानों ने 8 घंटे मंगी बिजली, कहा वादिया तो मुकरदी नज़र आ रही सरकार। जी हाँ दोस्तों, पंजाब सरकार ने झोने की लवाई दे 8 घंटे बिजली देने का वादा किया, फिर इसनों घटा के 6 घंटे कर दिता गया। तो किसान लीडर ने कहा है कि बीते कई दिनों तो सिर्फ 4 घंटे बिजली आ रही है, तो वह हुण सरकार नूं बेनती करते हैं कि जेकर सरकार ने 12 घंटे बिजली नहीं देनी तो घट्टो घट 8 घंटे ही बिजली दिती जाए। किसानों ने कहा कि सरकार अपने वादे तो मुकरदी नज़र आ रही है, तो हुण तां सीएम भगवंत मान दी मुलाकात देश के गृह मंत्री अमित शाह के नाल भी हो गई है। पंजाब सरकार ने दुध उत्पादकों नूं दिती वड्डी सौगात, खरीद कीमतों दे विच कीता वाधा। तां दोस्तों, पंजाब सरकार ने दुध उत्पादकों नूं वड्डी सौगात दिती है। मिल्क फैड ने दुध दीआं कीमतां दे विच वाधा कीता है, ते इह वाधा 20 रुपए प्रति किलो फैट के हिसाब दे नाल कीता गया है। पंजाब दे विच डेयरी धंधे दे नाल जुड़े दुध उत्पादकों नूं लगातार वध रहीआं पशु खुराकों दीआं कीमतां ते होर लागतां दे विच हो रहे वाधे दे कारण काफ़ी मुश्किल पैदा हो रही है। इस दे मद्देनज़र मिल्क फैड वल्लों 21 मई तो दुध दे खरीद भाव दे विच 20 रुपए प्रति किलो फैट दे हिसाब दे नाल वाधा कीता गया, ते इस नाल गां दे दुध ते तकरीबन 1 रुपए प्रति किलो अते मझ दे दुध ते 1 रुपया 40 पैसे प्रति किलो दा वाधा होवेगा। जून तो हर घर दस्तखत 2.0 प्रोग्राम घर घर जाके दिती जाएगी कोरोना वैक्सीन। तां दोस्तों, तीजी लहर तो बाद भारत दे विच कोरोना वायरस का कोई गंभीर प्रभाव नहीं दिखाई दिता है, तो इसका सिरा वड्डे पद्धर ते कोरोना टीकाकरण नूं दिता जांदा है, पर कुछ समय तो कोरोना वैक्सीन की रफ्तार मठी पै गई है, तो सरकार इस नूं लैके चिंतित है। इस दे मद्देनज़र हुण सरकार ने घर घर दस्तखत 2.0 प्रोग्राम शुरू करन दा ऐलान कीता है, ते इह प्रोग्राम 2 महीने जून तो लैके जुलाई तक चलेगा। इस दौरान वैक्सीन तो खुंझ गए लोगों को पहली, दूजी अते सावधानी दीआं खुराकां देण ते जोर दिता जाएगा, ते बजुर्गों दे विच टीकाकरण दे वल विशेष ध्यान दिता जाएगा। कीमत वधन दे बावजूद भी दिल्ली दे विच सब तो सस्ती CNG, कानपुर दे विच सब तो वध महंगी। देखो तुहाडे शहर विच की कीमत। तां दोस्तो, ILG ने एक बार फिर CNG दीआं कीमतां विच वाधा कीता, ते ILG ने अज तो CNG दीआं कीमतां दे विच 2 रुपए प्रति किलो दा वाधा कीता है। इस वाधे तो बाद दिल्ली दे विच CNG दी कीमत 75.61 रुपए प्रति किलोग्राम हो गया। दस दिए कि इंद्र प्रस्थ गैस लिमिटेड ने पिछले 1 हफ्ते दे विच दूजी बार CNG दीआं कीमतां दे विच वाधा कीता है। इस तो पहला कंपनी ने 16 मई में भी CNG दीआं कीमतों में 2 रुपए प्रति किलो का वाधा किया। तुहानूं यह जान के हैरानी होगी कि 7 मार्च तो 21 मई तक इंद्रप्रस्थ गैस लिमिटेड ने CNG दीआं कीमतों में 13 बार वाधा किया है। किसान अंदोलन के जान गवाउण वाले किसानों के परिवारों को कल दी जाएगी 3-3 लाख रुपए की आर्थिक मदद। जी हाँ दोस्तों, किसान अंदोलन के जान गवाउण वाले किसानों के परिवारों को आर्थिक मदद दी जाएगी। तो सूत्रों के मुताबिक म्यूनसिपल भवन सैक्टर 35 चंडीगढ़ के कल 22/5/2022 शहीद किसानों के लिए प्रोग्राम रखा गया। तो इस विशेष प्रोग्राम के 3 सूबों तेलंगाना, दिल्ली और हरियाणा के मुख्यमंत्री पहुँचेंगे। मुख्यमंत्री अरविंद केजरीवाल और भगवंत मान इस प्रोग्राम के शामिल होंगे। तो शहीद किसानों के परिवारों को 3-3 लाख रुपए दिए जाएंगे। पंजाब हरियाणा ते दिल्ली के 700 किसानों के परिवारों को यह मदद दी जाएगी। 378 दिन चले इस अंदोलन के दौरान 700 के करीब किसानों की जान चली गई। इसते लंबे समय तो चलते संघर्ष के मगरों केंद्र की मोदी सरकार ने 3 खेती कानून रद्द करन तो बाद दूजिया मंगा मनन दे लई भी सहमति दे दी सी, जिस तों बाद किसानों ने 9 दसंबर 2021 घर वापसी का ऐलान किया। 11 दसंबर दिल्ली के सारे बार्डर तो अपने घर वापस परतने शुरू हो गए सी। गन्ने की बकाया राशि लैके किसान जथेबंदियों के वलों वड्डा ऐलान, 25 मई फगवाड़ा नैशनल हाईवे होगा जाम। जी हाँ दोस्तों,
ਕੱਲ ਮੋਹਾਲੀ ਦੇ ਵਿੱਚ 16 ਕਿਸਾਨ ਜਥੇਬੰਦੀਆਂ ਦੇ ਵੱਲੋਂ ਅੰਬ ਸਾਹਿਬ ਦੇ ਵਿਖੇ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਦੇ ਵਿੱਚ ਜਥੇਬੰਦੀਆਂ ਦੇ ਆਗੂਆਂ ਨੇ ਕਈ ਅਹਿਮ ਫੈਸਲੇ ਲਏ ਹਨ। ਇਸ ਮੀਟਿੰਗ ਦੀ ਪ੍ਰਧਾਨਗੀ ਬਲਦੇਵ ਸਿੰਘ ਨਿਹਾਲਗੜ੍ਹ ਨੇ ਕੀਤੀ ਹੈ ਤੇ ਇਸ ਵਿੱਚ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਘੱਟੋ ਘੱਟ 5000 ਰੁਪਏ ਦਿੱਤੇ ਜਾਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ 1500 ਰੁਪਏ ਬਹੁਤ ਘੱਟ ਹਨ ਤੇ ਇਹ ਸਾਨੂੰ ਮਨਜ਼ੂਰ ਨਹੀਂ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ 4000 ਰੁਪਏ ਦੇ ਰਹੀ ਹੈ, ਫਿਰ ਪੰਜਾਬ ਸਰਕਾਰ 1500 ਰੁਪਏ ਕਿਉਂ ਦੇ ਰਹੀ ਹੈ? ਅਤੇ ਉਹਨਾਂ ਨੇ ਕਿਹਾ ਹੈ ਕਿ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ ਘੱਟੋ ਘੱਟ 5000 ਰੁਪਏ ਦੇਣਾ ਚਾਹੀਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰਾਂ ਦੇ ਵਿੱਚ ਹਜੇ ਤੱਕ ਪਾਣੀ ਨਹੀਂ ਛੱਡਿਆ ਗਿਆ ਅਤੇ ਉਹਨਾਂ ਨੇ ਕਿਹਾ ਕਿ 10 ਜੂਨ ਤੱਕ ਇੰਤਜ਼ਾਰ ਨਹੀਂ ਹੋਣਾ ਚਾਹੀਦਾ ਹੈ। ਕਿਸਾਨਾਂ ਨੇ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਵੀ ਕਿਹਾ ਹੈ ਕਿ 900 ਕਰੋੜ ਰੁਪਏ ਬਕਾਇਆ ਰਾਸ਼ੀ ਹੈ ਅਤੇ ਉਹਨਾਂ ਨੇ ਕਿਹਾ ਕਿ ਫਗਵਾੜਾ ਗੰਨਾ ਮਿੱਲ ਦਾ 76 ਕਰੋੜ ਰੁਪਏ ਬਕਾਇਆ ਖੜ੍ਹਾ ਹੈ ਅਤੇ ਜਿਸ ਨੂੰ ਸਰਕਾਰ ਰਿਲੀਜ਼ ਕਰੇ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ 24 ਮਈ ਤੱਕ ਦਾ ਅਲਟੀਮੇਟਮ ਦਿੱਤਾ ਹੈ, ਜੇਕਰ 24 ਮਈ ਤੱਕ ਜਾਰੀ ਨਹੀਂ ਹੁੰਦਾ ਤਾਂ 25 ਮਈ ਨੂੰ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ। ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਲਖੀਮਪੁਰ ਖੀਰੀ ਵਾਲੀ ਘਟਨਾ ਦੇ ਪੀੜਤ ਕਿਸਾਨ ਨੂੰ ਮਿਲਣ ਲਈ XKM ਦਾ ਇੱਕ ਵਫਦ 2 ਅਤੇ 3 ਜੂਨ ਨੂੰ ਲਖੀਮਪੁਰ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਵੱਲੋਂ ਕੋਈ ਵੀ ਦੁਫਾੜ ਨਹੀਂ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ।